ਇੱਥੇ ਮਾਸ਼ਾਅੱਲਾ ਸੀਮਟ ਸਾਡੇ ਕੋਲ ਪਹੁੰਚ ਗਿਆ ਹੋਇਆ ਅਤੇ ਕਰਦੇ ਹਾਂ ਆਪਣਾ ਅੱਜ ਤੱਕ ਕੰਮ ਸ਼ੁਰੂ। ਸੀਮਟ ਉਤਾਰ ਲਿਆ ਹੋਇਆ ਇੱਥੇ ਅੰਦਰ, ਅਤੇ ਇਹ ਜਿਹੜਾ ਨਾਲ ਹੀ ਬੱਫਰਾਂ ਦੇ ਘਰ ਦੇ ਜਿੱਥੇ ਅਸੀਂ ਕੰਮ ਕਰ ਰਹੇ ਇੱਥੇ ਨਾਲ ਹੀ ਡੇਰਾ ਵਾ, ਡੇਰੇ ਦੇ ਉੱਤੇ ਇੱਕ ਮਕਾਨ ਲਿਆ ਹੋਇਆ ਜਿਹੜਾ, ਉਸ ਮਕਾਨ ਦੇ ਵਿੱਚ ਸੀਮਟ ਉਤਾਰਿਆ ਜੀ। ਅੱਲਾ ਪਾਕ ਸਾਡੀ ਇਸ ਫੈਮਿਲੀ ਨੂੰ ਸਿਹਤ ਤੰਦਰੁਸਤੀ ਦੇਵੇ, ਹਮੇਸ਼ਾ ਖੁਸ਼ ਰਹਿਣ, ਖੁਸ਼ੀਆਂ ਵੰਡਦੇ ਰਹਿਣ, ਅੱਲਾ ਪਾਕ ਇਹਨਾਂ ਨੂੰ ਸਿਹਤ ਤੰਦਰੁਸਤੀ ਅਤਾ ਕਰੇ ਜੀ। ਬਿਸਮਿਲ੍ਲਾਹਿਰ ਰਹਿਮਾਨ ਰਹੀਮ, ਅਸਲਾਮ ਅਲੈਕੁਮ। ਸਾਡੀ ਦੁਆ ਕਿ ਸਾਡੇ ਭੈਣ ਭੈਣ ਨਾਲ ਤੁਹਾਡਾ ਖੁਸ਼ ਰੱਖੇ, ਸ਼ਾਦੋ ਆਬਾਦ ਰੱਖੇ। ਇਸੇ ਦੁਆਨਾ ਕਰਦੇ ਹਾਂ ਅੱਜ ਦੀ ਵੀਡੀਓ ਸ਼ੁਰੂ। ਅੱਜ ਦੀ ਵੀਡੀਓ ਕੰਮ ਦੇ ਉੱਤੇ ਅਸੀਂ ਆ ਗਏ ਹੋਏ ਹਾਂ ਜੀ, ਅਤੇ ਸੀਮਟ ਸਾਡੇ ਕੋਲ ਆ ਗਿਆ ਹੋਇਆ ਸੀਗਾ, ਲੇਕਿਨ ਉਸ ਤੋਂ ਬਾਅਦ ਫਿਰ ਸਾਡੀ ਆਪਣੀ ਟੈਂਸ਼ਨ ਬਣੀ ਗਈ, ਇਸ ਕਰਕੇ ਅਸੀਂ ਕੰਮ ਸ਼ੁਰੂ ਕੀਤਾ ਹੋਇਆ। ਅੱਜ ਅਸੀਂ ਕਰ ਰਹੇ ਹਾਂ ਆਪਣਾ ਕੰਮ ਸ਼ੁਰੂ। ਮੈਂ ਵੀ ਆ ਗਿਆ ਹੋਇਆ, ਕਿਉਂਕਿ ਮੌਜੂਦਾ ਵੀ ਆ ਗਏ ਹੋਏ ਆ, ਸੁਭਾ ਜੀ ਵੀ ਆ ਗਏ, ਬੱਚੇ ਵੀ ਆ ਗਏ, ਔਰ ਨਾਲ ਸਾਰੇ ਚਾਚੀ ਦਾ ਬੇਟਾ ਆਇਆ, ਜਾਣੀ ਕਿ ਸਾਡੇ ਚਾਚੀ ਦਾ ਬੇਟਾ ਔਰ ਮੁੱਖਾ ਜੀ ਦਾ ਦਿਮਾਗ ਹੈ, ਇਹ ਵੀ ਆ ਗਏ ਹੋਏ ਆ। ਕਰਦੇ ਹਾਂ ਆਪਣਾ ਅੱਜ ਕੰਮ ਸ਼ੁਰੂ, ਔਰ ਨਾਲ ਆਪਣੀ ਲੱਗਦੀ ਅੱਛੇ ਹੀ ਕਰਦੇ ਹਾਂ, ਜਿਹੜਾ ਅਸੀਂ ਕੰਮ ਥੋੜ੍ਹਾ ਕਰਦੇ ਹੋਰ ਤਰ੍ਹਾਂ ਕੰਮ ਵੀ ਹਾਂ ਬਸ ਠੀਕ ਹੈ ਕਿ ਜਾਣਾ, ਇੱਕ ਤਰੀਕਾ ਰੱਖੀ ਜਾਓ ਜਾਣਾ, ਇੱਕ ਤਰੀਕਾ ਰੱਖੀ ਜਾਓ ਸਹੀ ਹੈ ਨਾ। ਅਸੀਂ ਰਾਤ ਹੁਣ ਬਣ ਗਏ, ਅਸੀਂ ਰਾਤ ਕੁਛ ਹਲਾ ਗਿਆ ਸੀ, ਇੱਥੇ ਅਸੀਂ ਰਾਤ ਪੱਕੀ ਹੋ ਗਈ, ਉਮਰ ਤੇ ਨਹੀਂ ਇੱਦਾਂ ਸਾਰਾ ਇੱਥੇ ਬਿਲਕੁਲ ਕੰਮ ਸਾਡਾ ਮਾਸ਼ਾਅੱਲਾ ਸ਼ੁਰੂ ਆ ਜੀ। ਸੀਮਟ ਸਾਡੇ ਕੋਲ ਪੂਰਾ ਹੋ ਗਿਆ, ਛੱਤਾਂ ਦੀ ਕਿਸਮ ਸਾਡੇ ਕੋਲ ਪੂਰਾ, ਸਾਨੂੰ ਇੱਕ ਟਾਲੀ ਇੱਟਾਂ ਦੀ ਚਾਹੀਦੀ ਹੈ, ਔਰ ਉਹ ਵੀ ਭੈਣ ਵੀ ਰਿਕੁਐਸਟ ਆ ਕਿ ਸਾਨੂੰ ਜਿਹੜੀ ਇੱਕ ਟਾਲੀ ਇੱਟਾਂ ਦੀ ਬਿਲਕੁਲ ਜੀ ਐਵੇਂ ਹੀ ਸਾਨੂੰ ਅੱਲਾ ਤਾਲਾ ਇੱਧਰ ਪਾਸੇ ਢੋ ਲਾ ਦੂਗਾ। ਹਾਂਜੀ, ਇੱਕ ਗੱਲ ਸਾਨੂੰ ਇੱਟਾਂ ਦੀ ਚਾਹੀਦੀ ਹੈ ਤਾਂ ਕਿ ਅਸੀਂ ਜਲਦੀ ਤੋਂ ਜਲਦੀ ਇਸੇ ਹਫ਼ਤੇ ਦੇ ਵਿੱਚ ਵਿੱਚ ਛੱਤਾਂ ਜਿਹੜੀਆਂ ਕੰਮ ਵਾਲੇ ਛੱਤਾਂ ਵੀ ਲਾਉਣੀਆਂ, ਸਾਰਾ ਸਾਡਾ ਜਿਹੜਾ ਇੰਤਜ਼ਾਮ ਹੈ ਪੂਰਾ ਹੋ ਗਿਆ। ਚਲੋ ਕੰਮ ਸਾਡਾ ਸ਼ੁਰੂ ਆ, ਔਰ ਅਸੀਂ ਲਾ ਰਹੇ ਹਾਂ ਬੈਕ ਸਾਈਡ ਦੀ ਚਨਾਈ। ਕਿੰਨੇ ਵਾਰ ਆ ਰਹੇ ਜੀ ਮਿਰਜ਼ਾ? 6 ਵਾਰ ਆਣਗੇ, ਤੇ 3 3 6 7 7 ਵਾਰ ਲਾ ਕੇ ਫਿਰ ਤੇ ਲੱਗਣਾ, 6 7 ਹਾਂ 7 ਵਾਰ ਲਾ ਕੇ ਫਿਰ ਤੇ ਕਿਤੇ ਵਾਰ ਲੰਘਣਾ ਉੱਤੇ, ਹੈ ਨਾ 8 ਵਾਰ ਹੀ ਹੋ ਗਿਆ ਨਾ। ਹਾਂਜੀ 8 ਵਾਰ ਹੋ ਗਿਆ, ਚਲੋ ਸਹੀ ਆ। ਪੁੱਤਰ ਪੈਰਾਂ ਮੈਂ ਜੁੱਤੀ ਪਾ, ਤੂੰ ਇਹ ਜਿਹਾ ਥਲੇਟ ਨਾ ਰੱਖ, ਤੂੰ ਪੈਰ ਵਿੱਚ ਰੱਖੇ ਯਾਰ, ਇਹੋ ਜਾਣੇ ਤੇਰੇ ਪੈਰ ਲੱਗ ਜਾਣੇ ਸ਼ਾਮ ਦੀ ਗੱਲ। ਬੱਚਿਆਂ ਦੀ ਮਿਹਨਤ ਸਾਰੇ ਮੇਰੇ ਭੈਣ ਭੈਣ ਸਾਹਮਣੇ ਹੀ ਆ, ਦੋਨੇ ਭਰਾ ਲੱਗੇ ਹੋਏ ਆ ਜੀ ਸਾਡੇ ਕੋਲ, ਅਸੀਂ 3 ਮਿਸਤਰੀਆਂ ਅਤੇ 3 ਪਿਓ ਪੋਤਾ ਜੀ। ਇੱਕ ਪਾਸੇ ਇੱਟਾਂ ਇਹ ਦੇ ਰਿਹਾ ਛੋਟਾ, ਔਰ ਦੂਸਰੇ ਪਾਸੇ ਇੱਧਰ ਦੂਸਰਾ ਭਾਈ ਦੇ ਰਿਹਾ ਇੱਟਾਂ, ਉਹਨੂੰ ਲੈਣ ਭੇਜਿਆ ਸੀ ਜਲੇਬੀਆਂ, ਕਿਉਂਕਿ ਜਲੇਬੀਆਂ ਉਹਨਾਂ ਨੂੰ ਵਾਅਦਾ ਕੀਤਾ ਹੋਇਆ ਸੀਗਾ, ਇਹਨੂੰ ਅਸੀਂ ਜਲੇਬੀਆਂ ਖਿਲਾਉਣੀਆਂ ਜੀ। ਉਹ ਜਲੇਬੀ ਲੈਣ ਗਿਆ ਵਾ, ਔਰ ਪੁੱਫਾ ਜੀ ਲੈ ਕੇ ਆ ਰਿਹਾ ਸੀਮਟ। ਬਿਲਕੁਲ ਜੀ, ਹੈ ਤਾਂ ਹੈ ਸਾਰੀ, ਆਪਾਂ ਨੂੰ ਚਾਹੀਦੀ ਤਾਂ ਹਰ ਸ਼ੈ ਹੀ ਆ, ਸੀਮਿੰਟ ਚਾਹੀਦਾ, ਰੇਤਾ ਚਾਹੀਦੀ, ਇੱਟਾਂ ਵਿੱਟੇ ਚਾਹੀਦੇ, ਇੱਟਾਂ ਵੀ ਚਾਹੀਦੀਆਂ ਵਾ। ਹਾਂਜੀ ਸੀਮਿੰਟ ਸਾਡੇ ਕੋਲ ਹੈਗਾ ਵਾ, ਇੱਟਾਂ ਦਾ ਹੁਣ ਸਾਡੇ ਕੋਲ ਇੱਟ ਦੀ। ਹਾਂਜੀ 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 ਬਿਲਕੁਲ ਜੀ, ਹਾਂਜੀ ਬੀਮ ਵਾਲੀ ਜਗ੍ਹਾ ਤੇ ਬਿਲਕੁਲ ਜੀ। ਮੇਰੇ ਤਾਂ ਨਾ ਕਿਤੇ ਨਾ ਬੰਦੇ
ਲੱਗੇ ਹੋਏ ਕੰਮ ਕਰਨ ਵਾਸਤੇ ਲਾ ਖੈਰ ਕਰੇ ਤੇ ਕੰਮ ਨਾਲ ਨਾਲ ਕਰ ਰਹੇ ਹਾਂ ਨਾਲ ਨਾਲ ਦੇ ਕੰਮ ਨੂੰ ਦਿਖਾ ਰਹੇ ਹਾਂ ਅੱਧਾ ਵਟਾ ਦੇ ਰਹੀ ਹੈ ਕਿ ਸਾਲ ਦਾ ਕੰਮ ਹੋਰ ਮੇਰੇ ਸਾਲ ਦੇ ਵੀਰੇ ਚੱਕ ਕੇ ਮਨੋਰੇ ਜੱਪ ਚੱਕ ਸਾਲ ਚੱਕ ਜਲੇਬੀਆਂ ਖਾਣੀਆਂ ਸਾਲ ਚੱਕ ਅੰਮ੍ਰਿਤ ਚੱਲ ਯਾਰ ਤਾਂ ਸਾਲ ਜੋਰੀ ਕੱਢ ਗਈ ਹੈ ਇਹ ਖਰਾਬ ਹੋ ਗਈ ਉਮਰ ਫਾਵਰ ਖਲਾ ਫੜ ਮਿੰਟ ਲਾ ओ खाली खाली दिखाई आ कई पहिया कौन से खाली भाई पहिया कौन क्यों फर्क आ रहा बाबे ने कढ़ाई मारी है के किने मैं आके तुम्हारी कढ़ाई तेरी कढ़ाई भाई नहीं 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 रे खाना के कढ़ाई मारी है कढ़ाई ने नहीं होया ताडे फर्क का दो जाने लगे तू ख्याल करो यार ख्याल करो इट दे भी कके काम साडा शुरू है और चाय साडी आ गई हुई है नाल जलेबियां भी आ गई बच्चों वास्ते जी जलेबियां भी आ चुकी हैं जी खाने जलेबियां और जलेबियां खा के उस तो बाद तुसी करो काम तो मैं ना एक फैमिली नूं पैसे देने दवाई वास्ते तो मैं भाजी को पैसे देवा ठीक है जी और भाजी भी आई बैठी है बाबा जी ए 20,000 रुपया अमानत सी ये को पहुँच गई ठीक है जी 20,000 रुपये बाबे ने मानत सी जी वह बाबे को पहुँचा दी है बाकी अगर होर भी किसी भैन भाई ने इन्हों की हेल्प करनी हो मोस्ट वेलकम क्योंकि बुजुर्ग इस टाइम बहुत ज़्यादा अमदाद के मुंतजर आ उन्होंने अपना इलाज करवाना तो हम मैं पैसे दिते हैं उन्होंने सुबह का दसिया हुआ सी अपनी बिल्कुल तैयारी के बैठे है साढ़े लिए हॉस्पिटल जाने वास्ते उसे जाने अपने बाबे टेस्ट वगैरह करवाओ सारा कुछ जो भी कागज बने फड़ा देंगे जी यार बाकी मेरी इस फैमिली वास्ते दुआ करिया जी अल्लाह पाक नूं सेहत तंदुरुस्त दे अपने घर में खुश रहन आबाद रहन हमेशा मुस्कुराते रहन आमीन अल्लाह पाक ने दिता है मेरी सारी फैमिली को बहुत ज़्यादा बस सिर्फ दुआवां दे उन्हें जरूरत आ कहिंदे साडे वास्ते दुआ करवाया करो कि पता नहीं किस टाइम अल्लाह पाक नूं दुआ जी ठीक है जी जाओ तुसीं जाके ते अपना लवो मेडिसिन हाँ जी बिल्कुल बिल्कुल हाँ जी क्योंकि असि सुबह सुबह गए तो सारा करावे ना उत्थे बिल्कुल जी ते जे लेट गए तो फिर लेट हो जाएगी आज तो लेट होगा सुबह जाएगी नहीं नहीं सुबह सुबह आई तो फिर वैसे आज दिते ना तो हां जी सुबह सुबह जाएगी सुबह जावांगे नाल कोई ख्याल बंदा हां जी कोई बंदा जानने वाला नाल लेके जाए जे ना जेड़ा भी उत्थे हां जी जेड़ा कोई थोड़ा बहुत लिखया पड़े भी आज थिया करना है थिया करना फिर मैं तो बैठा ही रहना जिवे उन्होंने मैंने कहा मैं उन्हें कहा हाँ जी अपना टेस्ट वगैरह कराओ तो अल्लाह पाक बेहतर करेगा ये जी 20,000 रुपया सी 20,000 बाबे जी हमें दे दिता हो बाकी होर जो भैन भेन भी इन्हों की अमदाद की हेल्प की जो भी इंशाला अपनी वीडियो भैन भेन दिखावे वो भी नजर पहुँच जाए ठीक है बाबा जी ठीक है जी दुआ कर छड़िया जी अल्लाह